हाँ जी भाई मुंडे क्या हाल चाल है जी। सारे का उम्मीद है सारे बढ़िया होंगे ते होर सब ठीक ठाक है। दिवाली दी मुबारक सारे नो। दिवाली तो चलो कल दी टप गई है। अज सीगा बाबा विश्वकर्मा जी का दिन ते अज वो मना के आए। अज वो मत्था मुत्था टेक के आए सीगे ते हुण मैं इधर आया सीगा। कल दिवाली भी वधिया मन गई। 3-4 साल बाद कितने दिवाली वधिया आई। नहीं तो हरेक साल कोई ना कोई विहड़े चो महल चो पूरा होया रहिंदा था कोई ना कोई। तो इस गल करके हुण पहला 2 साल करोना रहा तो कितने 3-4 साल ही कितने वधिया दिवाली इस बार मनिया मनाई। तो विच तुहानू क्लिप दिखा दूंगा किदा दी मनाई किदा दी नहीं वधिया मनाई। ਪਤਾ ਨਹੀਂ ਦੇਖੋ ਕਿੱਥੇ ਤੱਕ ਜਾਂਦਾ ਇਹ ਹੁਣ ਡਿੱਗਣਾ ਕਿਸੇ ਦੇ ਕੁੱਪ ਪਰ ਜਾ ਕੇ। ਘੈਂਟ ਗੱਲਬਾਤ ਹੋ ਗਈ ਤੇ ਸਵੇਰੀ ਪਹਿਲਾਂ ਗੱਡੀ ਧੋਤੀ ਫਿਰ ਮੋਟਰਸਾਈਕਲ ਫਿਰ ਸਕੂਟਰੀ ਨਾਲ ਲੱਗਦੇ ਹੱਥ ਸਾਈਕਲ ਵੀ ਧੋਤਾ। ਮੈਂ ਕਿਹਾ ਅੱਜ ਸਭ ਕੁਝ ਸਾਫ਼ ਕਰ ਦੇਣਾ ਇੱਕ ਵੀ ਚੀਜ਼ ਨਹੀਂ ਛੱਡਣੀ ਹੈ। ਤੇ ਹੁਣ ਇੱਧਰ ਮੱਥਾ ਟੇਕਣ ਆਇਆ ਸੀਗਾ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਭੱਲੜੀ। ਅਤੇ ਹੁਣ ਮੈਂ ਇੱਧਰ ਫਿਰ ਥੋੜ੍ਹਾ ਜਿਹਾ ਹੁਣ ਕਰਨ ਕੋਲ ਕੰਮ ਜਿਹਾ ਸੀਗਾ ਤਾਂ ਉੱਧਰੋਂ ਜਾ ਕੇ ਉੱਧਰ ਵੀ ਮੱਥਾ ਟੇਕਣ ਗਿਆ ਵਾ ਸੀਗਾ ਤਾਂ ਉੱਧਰ ਜਾ ਜੂ ਕੇ ਹੁਣ ਚੱਲੇ ਆ ਘਰਾਂ ਨੂੰ। ਅੱਜ ਕਹਿੰਦੇ ਮੀਰੇ ਵੀਰਿਓ ਸੂਰਜ ਗ੍ਰਹਿਣ ਹੈ ਕਹਿੰਦੇ। ਗ੍ਰਹਿਣ ਕਾਹਦਾ ਯਾਰ ਲੋਕਾਂ ਨੂੰ ਕੌਣ ਸਮਝਾਵੇ। ਸਾਡੇ ਪਿੰਡ ਵਾਲੇ ਮੰਦਰ ਨੇ ਤਾਂ ਕਹਿ ਮੰਦਰ ਵਾਲੇ ਪੰਡਿਤ ਨੇ ਤਾਂ ਸਵੇਰੇ ਬੰਦ ਕਰ ਦਿੱਤਾ ਮੰਦਰ। ਕਹਿੰਦਾ ਸੀ ਅੱਜ ਗ੍ਰਹਿਣ ਹੈ ਬਹੁਤ ਤਗੜਾ। ਅਤੇ ਚਲੋ ਆਪਣੀ ਆਪਣੀ ਸੋਚ ਹੈ ਕਿਸੇ ਦੀ ਵੀ। ਕਿਸੇ ਦੀ ਸੋਚ 'ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੈ। ਅਤੇ ਗ੍ਰਹਿਣ ਕਿਆ ਚੀਜ਼ ਹੁੰਦੀ ਹੈ ਜਿਹੜੇ ਪੜ੍ਹੇ ਲਿਖੇ ਹੈਗੇ ਆ ਜਾਂ ਕਿੱਦਾਂ ਵੀ ਹੈ ਉਹ ਸਭ ਨੂੰ ਪਤਾ ਹੀ ਹੈ ਵੀ ਜਦ ਕਿਤੇ ਸੂਰਜ ਦੇ ਅੱਗੇ ਕੋਈ ਹੋਰ ਗ੍ਰਹਿ ਆ ਜਾਂਦਾ ਉਹਦੇ ਕਰਕੇ ਥੋੜ੍ਹੀ ਦੇਰ ਲਈ ਜਾਂ ਸੂਰਜ ਛਿਪ ਜਾਂਦਾ ਛਿਪ ਕਹਿੰਦਾ ਮਤਲਬ ਮੋਹਰੇ ਜਿੱਦਾਂ ਆ ਜਾਂਦਾ ਪਰਛਾਵਾਂ ਜਿਹਾ ਹੋ ਜਾਂਦਾ ਜਾਂ ਕੁਛ ਹੋਰ ਚੀਜ਼ ਹੋ ਜਾਂਦਾ। ਅਖਬਾਰ ਟੀ ਵੀ 'ਚ ਵੀ ਨਿਊਜ਼ ਚੈਨਲਾਂ ਪਰ ਵੀ ਬਹੁਤ ਰੌਲਾ ਪਾਇਆ ਵਾ ਵੀ ਅੱਜ ਜੀ ਸੂਰਜ ਗ੍ਰਹਿਣ ਹੈ ਇੱਦਾਂ ਉੱਦਾਂ ਫਲਾਨਾ ਢਮਕਾਣਾ। ਇਹ ਜਿਹੜੀ ਹੈਗੀ ਇਹ ਹੈਗੀ ਪ੍ਰਕਿਰਤੀ ਠੀਕ ਹੈ। ਪ੍ਰਕਿਰਤੀ 'ਚ 100 ਚੀਜ਼ਾਂ ਹੁੰਦੀਆਂ ਇਹਨਾਂ ਨੂੰ ਅਸੀਂ ਕਿਸੇ ਧਰਮ ਨਾਲ ਜੋੜ ਕੇ ਜਾਂ ਕਿਸੇ ਵੀ ਚੀਜ਼ ਨਾਲ ਜੋੜ ਕੇ ਨਾ ਦੇਖੀਏ ਤਾਂ ਸਭ ਤੋਂ ਵਧੀਆ ਹੈ। ਬਾਕੀ ਗੱਲ ਉੱਥੇ ਮੁੱਕਦੀ ਵੀ ਕਿਸੇ ਦੇ ਉਹਦੇ ਅਸੀਂ ਕਿੰਤੂ ਪਰੰਤੂ ਨਹੀਂ ਕਰਨੀ। ਜੋ ਕਿਸੇ ਨੂੰ ਵਧੀਆ ਲੱਗਦਾ ਜੋ ਕਿਸੇ ਨੂੰ ਖਰਾ ਲੱਗਦਾ ਉਹ ਬੰਦਾ ਕਰੇ ਠੀਕ ਹੈ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਬਾਕੀ ਤੁਹਾਨੂੰ ਰਾਸਤਾ ਦਿਖਾਲਦੇ ਹਾਂ। ਹੁਣ ਇੱਥੇ ਪੁੱਜ ਗਏ ਅਸੀਂ ਟੁੱਟਿਆ ਵਾ ਰੋਡ ਮੇਰੇ ਵੀਰੇ ਖੇੜੇ ਵਾਲਾ ਜਿਹੜਾ ਤੁਹਾਨੂੰ ਪਤਾ ਹੀ ਹੋਣਾ ਸੋਆ ਵਾਲਾ ਰੋਡ ਪੁੱਲ ਕਰਕੇ ਨਜ਼ਾਰੇ ਲੱਗ ਗਏ ਸਾਰੇ ਪਾਸੇ ਨਹੀਂ ਤਾਂ ਬਹੁਤ ਬੁਰਾ ਹਾਲ ਤਾਂ। ਆਹ ਦੇਖੋ ਜੀ ਟੁੱਟੇ ਹੋਏ ਰੋਡ ਪਰ ਪੈ ਗਏ ਆ ਅਤੇ ਉਹ ਸਾਡੇ ਸੂਰਜ ਦੇਵਤਾ ਜੀ ਪ੍ਰਕਿਰਤੀ 'ਚ ਪ੍ਰਕਿਰਤੀ ਦਾ ਅੰਸ਼ ਠੀਕ ਹੈ ਜੀ। ਇਹ ਪ੍ਰਕਿਰਤੀ ਹੈ ਕਿਆ ਵਧੀਆ ਮਾਹੌਲ ਹੈ। ਇੱਕ ਅਸੀਂ ਹੋਰ ਚੀਜ਼ ਲਿਆਉਂਦੀ ਵੀ ਸੀਗੀ ਉਹ ਤੁਹਾਨੂੰ ਦਿਖਾਉਣੀ ਸੀ ਉੱਦਾਂ ਉਹਦੇ 'ਚ 3-4 ਵਾਰ ਅਸੀਂ ਬਣਾ ਚੁੱਕੇ ਬਾਰਬੀਕਿਊ ਲਿਆਉਂਦਾ ਸੀਗਾ ਪਰ ਟਾਈਮ ਜਿਹਾ ਨਹੀਂ ਲੱਗਿਆ ਤਾਂ ਕਰਕੇ ਬਣਾਇਆ ਨਹੀਂ। ਤਾਂ ਇਸ ਗੱਲ ਕਰਕੇ ਫਿਰ ਮੈਂ ਕਿਹਾ ਚਲੋ ਕਿਸੇ ਦਿਨ ਹੋਰ ਕਿਸੇ ਦਿਨ ਵਧੀਆ ਪ੍ਰੋਪਰ ਵਧੀਆ ਵੀਡੀਓ ਬਣਾ ਕੇ ਪਾਵਾਂਗੇ। ਅਤੇ ਹੁਣ ਜਾ ਰਹੇ ਹੈਗੇ ਆਪਾਂ ਘਰਾਂ ਵੱਲ ਘਰਾਂ ਨੂੰ ਚੱਲੇ ਆ ਅਤੇ ਤੁਸੀਂ ਰਾਸਤਾ ਦੇਖੋ ਇੱਥੇ ਹੌਲੀ ਹੌਲੀ ਦੁੱਖ ਤਾਂ ਬਹੁਤ ਲੱਗਦਾ ਇੰਨੀ ਗੱਡੀ ਤਰੀਜ ਨਾਲ ਧੋਤੀ ਅਤੇ ਹੁਣ ਸਾਫ਼ ਕਰਨੀ ਪੈਣੀ। ਸਾਫ਼ ਤਾਂ ਚਲੋ ਸਵੇਰੀ ਕਰ ਲਈ ਸੀਗੀ ਚਲੋ ਆਪਣੇ ਬਾਬਾ ਵਿਸ਼ਵਕਰਮਾ ਜੀ ਦੇ ਮੱਥਾ ਟੇਕ ਲਿਆ ਸਭ ਸੁੱਖ ਸਾਂਦੀ ਰੱਖਣ। ਅਤੇ ਪਹਿਲਾਂ ਹੁੰਦਾ ਸੀਗਾ ਸੰਦੋਗੜ ਬਾਬਾ ਵਿਸ਼ਵਕਰਮਾ ਜੀ ਦਾ ਮੰਦਿਰ ਪਹਿਲਾਂ ਸੰਦੋਗੜ ਜਾਂਦੇ ਹੁੰਦੇ ਤੇ ਜਾਂ ਘਰ ਹੀ ਮੱਥਾ ਟੇਕ ਲੈਂਦੇ ਤੇ ਜਾਂ ਤਾਂ ਛੋਟੇ ਤੇ ਹੁਣ 7-8 ਸਾਲ ਤੋਂ ਬੜਾ ਵਧੀਆ ਮੈਂ ਤੁਹਾਨੂੰ ਦਿਖਾਲਦਾ ਵਿੱਚ ਆ ਗਿਆ ਸੀਗਾ ਮਾਤਾ ਜੀ ਦਾ ਫੋਨ ਕਹਿੰਦੇ ਕਾਦਾ ਨਿਕਲੇ ਵਾ ਆ ਜਾ ਹੁਣ ਰੋਟੀ ਰੋਟੀ ਖਾ ਲੈ ਅਤੇ ਹੁਣ ਜਾ ਕੇ ਰੋਟੀ ਰੋਟੀ ਖਾਂਦੇ ਹਾਂ। ਅਤੇ ਆਹ ਦੇਖੋ ਸਾਡੇ ਏਰੀਏ ਦਾ ਕਿੰਨਾ ਹਰਿਆ ਭਰਿਆ ਮਾਹੌਲ ਵਧੀਆ ਗੱਲਬਾਤ ਹੈ। ਅਤੇ ਉਹੀ ਗੱਲ ਚੱਲਦੀ ਸੀਗੀ ਵੀ ਆਪਣਾ ਮੈਂ ਤਾਂ ਫਿਰ ਭੁੱਲ ਗਿਆ ਕਿਹੜੀ ਗੱਲ ਚੱਲਦੀ ਸੀ। ਚਲੋ ਅੱਗੇ ਤੁਹਾਨੂੰ ਪੁੱਲ ਦਿਖਾਲਦੇ ਹਾਂ
ਤੇ ਕੋਲ ਹੈਗਾ ਐ ਪੂਰੀ ਪੂਰੀ ਗੱਡੀ ਟੱਪਦੀ ਆ ਪੂਰੀ ਪੂਰੀ ਜਿਹਨੂੰ ਕਹਿੰਦੇ ਚਲੋ ਅੱਗੇ ਤੁਹਾਨੂੰ ਪੁੱਲ ਦਿਖਾਉਂਦੇ ਆ ਬਾਕੀ ਜਾ ਕੇ ਰੋਟੀ ਰੋਟੀ ਛਕੀਏ ਤੇ ਇੱਕ ਜਗ੍ਹਾ ਹੋਰ ਜਾਣਾ ਫਿਰ ਉੱਧਰ ਜਾ ਕੇ ਆਉਂਦੇ ਹਾਂ ਠੀਕ ਹੈ ਪਹਿਲਾਂ ਪੁੱਲ ਦਾ ਲਿਓ ਨਜ਼ਾਰਾ पूरी पूरी गड्डी टपदी है लोहे का पुल है एक बार में तो डर ही लगता जिदन पहली गड्डी टप्पी सी ना पहली मैं कहना पहली नहीं तो दूजी मेरी गड्डी होनी हजे एक गड्डी टप्पी हुई सी फिर डर पूरा लगता लोहे का पता नहीं लगता भी एवं कित गलबात हो जाए कोई इदा थोड़ी शर्म जी लग रही जब कोई बंदे बंदे देखते ना फिर तो शर्म जी लगती भी क्या यार वीडियो बना रहा मुंडा बिच तो हूँ मैं खजान भी ला पे ब्लॉगर साहब कल जगी परसों जगी रात नो जागो जुगो सी कल हजा उधर भी ब्याह जाना है 23 और 26 का ब्याह सी जगी का अपने भरा का जोड़ा मुंडा आस्ट्रेलिया आया वा तो भी क्लिप तुम पाऊंगा ये अगे क्लिप पाऊंगा मैं जेडे असी डांस की वीडियो है साड़ी वो भी पावे बाकी वधिया हो गया प्रोग्राम यार दोस्तों ना काफ़ी टाइम बाद मिले पुरानियां गल्लां चेता कीतियां कि एदा नहीं एदा एक साड़ी मोना लीसा चेता आ गई सानू मोना बड़ी कलोल हुई जी बहुत कलोल हुई बाकी तुहानू अगे दिखालदे आ पुल तां क्रॉस करा कर दिता हूँ असि आ गए है भलड़ी पिंड च बाकी नौकर होर कोई अगे कुछ दिखाने वाला होया तो तुम दिखा लाँगे ठीक है जी गल दसनी तो भुले गया बलोगर वाली ओह मुंडा कहता पाया कहना यार वो मुंडा देखा कि वधिया वीडियो बना मैं क्या साले वो असी बलोगर मर गए हैं मैं किसी होर बलो बलोगर की इज्जत वह नहीं करनी खासियत नहीं दसनी है वोदिया मैं क्या साले तुहाडा भरा बलोगर तगड़ा बलोगर मतलब उदा ही हवा जी छड्डन लग पे सीगे चलो यार दोस्तों च हासा माहौल चलता रहा चलो जी अगे तुम लैके चलते हैं आप घूम तो मैं एडिट कर लगा था दोपहरी ये मैं ब्लॉग की समाप्ति की नहीं अच्छा चल रहा सूरज ग्रहण कहते सूरज तो हम छुप गया छिप गया बेचारा कहता हमने धरती वाले पखंडे बहुत करते हैं तो वो तो छिप गया बेचारा तो आप करते हैं इधर ब्लॉग की समाप्ति तो मिलते हैं किसी नवे ब्लॉग च ठीक है जी रब रखा सारे जय बाबा जी।